ਖੇ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਸੁਰਖਿਆ ਦੇ ਵਿੱਚ ਨੇ ਤੇ ਸੁਰਖਿਆ ਦੇ ਵਿੱਚ ਆਉਣ ਦਾ ਕਾਰਨ ਹੈ ਅਮਰਿਤਪਾਲ ਸਿੰਘ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਤੇ ਐਫ ਆਈ ਆਰ ਕਿਡਨਾਪਿੰਗ ਲੁੱਟਖੋ ਅਤੇ ਕੁੱਟਮਾਰ ਦੇ ਇਲਜ਼ਾਮਾਂ ਤਹਿਤ ਹੋਈ ਹੈ ਤੇ ਅਮਰਿਤਪਾਲ ਸਮੇਤ ਉਹਨਾਂ ਦੇ 25 ਤੋਂ 26 ਮਰਦਾਂ ਸਮੇਤ ਐਫ ਆਈ ਆਰ ਦਰਜ ਕੀਤੀ ਗਿਆ ਵਰਿੰਦਰ ਸਿੰਘ ਨਾ ਦੇ ਇਸ ਸ਼ਖਸ ਦੇ ਵੱਲੋਂ ਐਫ ਆਈ ਆਰ ਦਰਜ ਹੋਈ ਹੈ ਜਿਸ ਦੇ ਵੱਲੋਂ ਇਹ ਕਿਆ ਗਿਆ ਕਿ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਉਸ ਦੇ ਨਾਲ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਕੁਝ ਸਮਾਨ ਵੀ ਖੋਲਿਆ ਗਿਆ ਜਿਸ ਤੋਂ ਬਾਅਦ ਅਜਨਾਲਾ ਪੁਲਿਸ ਦੇ ਵੱਲੋਂ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤੋਂ ਬਾਅਦ ਜੋ ਇਹ ਪੂਰਾ ਮਾਮਲਾ ਹੋਇਆ ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਜਿਸ ਦੇ ਵਿੱਚ ਪੀੜਿਤ ਦੇ ਵੱਲੋਂ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਇੱਕ ਵਾਰ ਫਿਰ ਤੋਂ ਸੁਰਖਿਆ ਦੇ ਵਿੱਚ ਨੇ ਸੁਰਖਿਆ ਦੇ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਅਮਰਿਤਪਾਲ ਸਿੰਘ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਅਮਰਿਤਪਾਲ ਸਮੇਤ 26 ਸਮਰਥਕਾ ਦੇ ਸਮੇਤ ਇਹ ਐਫ ਆਈ ਆਰ ਦਰਜ ਹੋਇਆ ਜਿਸ ਦੇ ਵਿੱਚ ਕਿਡਨਾਪਿੰਗ ਲੁੱਟਖੋ ਅਤੇ ਕੁੱਟਮਾਰ ਦੇ ਇਲਜ਼ਾਮਾ ਹੈਡ ਇਹ ਕਾਰਵਾਈ ਕੀਤੀ ਗਿਆ ਅਜਨਾਲਾ ਪੁਲਿਸ ਵੱਲੋਂ ਇਹ ਐਫ ਆਈ ਆਰ ਦਰਜ ਕੀਤੀ ਗਿਆ ਪੀੜਿਤ ਜੋ ਬਰਿੰਦਰ ਸਿੰਘ ਹੈ ਉਸ ਦੇ ਮੁਤਾਬਕ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਉਸ ਨਾਲ ਪਹਿਲਾ ਕੁੱਟਮਾਰ ਕੀਤੀ ਉਸ ਨੂੰ ਪਹਿਲਾਂ ਬਹਿਲਾਫ ਉਸਲਾ ਕੇ ਬਾਹਰ ਲਿਆਇਆ ਗਿਆ ਕਿਉਂਕਿ ਉਹ ਇੱਕ ਧਾਰਮਿਕ ਸਮਾਗਮ ਦੇ ਵਿੱਚ ਸੀ ਤੇ ਪਹਿਲਾਂ ਗੱਲਾਂ-ਗੱਲਾਂ ਦੇ ਵਿੱਚ ਲਗਾ ਕੇ ਉਸ ਨੂੰ ਬਾਹਰ ਲਿਆਇਆ ਗਿਆ ਫਿਰ ਉਸ ਨੂੰ ਗੱਟੀਆਂ ਦੇ ਵਿੱਚ ਕਿਡਨੈਪ ਕਰਕੇ ਲੈ ਕੇ ਜਾਇਆ ਗਿਆ ਤੇ ਬਾਅਦ ਵਿੱਚ ਉਸ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਉਸ ਦਾ ਸਮਾਨ ਵੀ ਖੋ ਲਿਆ ਗਿਆ ਜਿਸ ਉਪਾਦ ਅਜਨਾਲਾ ਪੁਲਿਸ ਦੇ ਵੱਲੋਂ ਇੱਕ ਕਾਰਪਾਈ ਕੀਤੀ ਗਈ ਹੈ ਕਿਡਨੈਪਿੰਗ ਲੁੱਟਖੋ ਅਤੇ ਕੁੱਟਮਾਰ ਦੇ ਇਲਜ਼ਾਮਾਂ ਹੇਠੇ ਐਫ ਆਈ ਆਰ ਦਰਜ ਹੋਈ ਹੈ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਤੇ ਨਾਲ ਕਿ ਉਹਨਾਂ ਦੇ 25 ਤੋਂ 26 ਮਤਕਸ ਸਮੇਤ ਵੀ ਇਹ ਸ਼ਿਕਾਇਤ ਦਰਜ ਕੀਤੀ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਹੈ ਪਰ ਉਹਦੇ ਹੀ ਇੱਕ ਹੋਰ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਕਿ ਪੀੜਤ ਬਰਿੰਦਰ ਸਿੰਘ ਦੀ ਹੀ ਹੈ ਇਸ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਵੀ ਤੁਹਾਨੂੰ ਸੁਣਾ ਦੰਨੇ ਆ ਖਾਲਸਾ ਸਾਹਿਬ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਬਰਿੰਦਰ ਸਿੰਘ ਹੈ ਜੀ ਮੈਂ ਚਮਕੌਰ ਸਾਹਿਬ ਦੇ ਸਲੈਂਪਰ ਪਿੰਡ ਦਾ ਰਹਿਣਾ ਹਾਂ ਮੈਂ ਜਿਹੜੀਆਂ ਫੇਸਬੁੱਕ ਤੇ ਭਾਈ ਅਮਰਤਪਾਲ ਸਿੰਘ ਜੀ ਬਾਰੇ ਕੂੜਾ ਪ੍ਰਚਾਰ ਕਰਦਾ ਸੀਗਾ ਆਪਣੇ ਕਿਸੇ ਵਿਰੋਧੀਆਂ ਦੀ ਚਾਲ ਵਿੱਚ ਆ ਕੇ ਜਾਂ ਆਪਣੇ ਮਨ ਦੇ ਮਗਰ ਲਾ ਕੇ ਉਹ ਮੇਥੋਂ ਗਲਤੀ ਹੋਈ ਆ ਤੇ ਮੈਂ ਹੁਣ ਅੱਗੇ ਤੋਂ ਕਦੇ ਵੀ ਭਾਈ ਸਾਹਿਬ ਜੋ ਪੰਥ ਵਾਸਤੇ ਚੰਗੇ ਕੰਮ ਕਰ ਰਹੇ ਆ ਮੈਂ ਉਹਨਾਂ ਦੀ ਸ਼ਲਾਘਾ ਕਰੂੰਗਾ ਤੇ ਮੈਂ ਇਹਨਾਂ ਦੇ ਜਿਹੜੇ ਵਿਰੋਧੀ ਜੋ ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੀ ਕਿਸੇ ਚਾਲ ਨੂੰ ਚਾਲ ਵਿੱਚ ਉਹ ਨਹੀਂ ਹੋਊਗਾ ਵਿੱਚ ਹਾਜ਼ਰ ਨਹੀਂ ਜੀ ਹੋਊਗਾ ਕਦੇ ਵੀ ਤੇ ਭਾਈ ਸਾਹਿਬ ਨਾਲ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਆਂ ਵੀ ਉਹ ਪੰਥਰੀ ਚੜ੍ਹਦੀ ਕਲਾ ਵਾਸਤੇ ਕੰਮ ਜਿਹੜੇ ਆਪਣੇ ਕਰਦੇ ਰਹਿਣ ਤੇ ਸਾਰੇ ਭਾਈ ਸਾਹਿਬ ਦੀ ਸਪੋਰਟ ਕਰਨ ਵਾਅਦੇ ਤੇ ਵਾਅਦੇ ਤੇ ਜਿਹੜੀ ਮੇਥੋਂ ਗਲਤੀ ਹੋਈ ਹੈ ਫੇਸਬੁੱਕ ਤੇ ਉਹਨਾਂ ਦੇ ਉਹਨਾਂ ਦੀ ਜਥੇ ਬਾਰੇ ਵੀ ਬੋਲ ਕੇ ਜਾਂ ਉਹਨਾਂ ਬਾਰੇ ਬੋਲ ਕੇ ਮੈਂ ਉਹਦੀ ਸਾਰਿਆਂ ਤੋਂ ਮਾਫੀ ਮੰਗਦਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਸੁਲਤਾਨ ਜੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਵਿੱਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ ਵਟਸਐਪ ਉੱਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਵਿੱਚ 101% ਦੀ ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁਠ ਕਰਨੀ ਦੇ ਮਾਹਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਵਿੱਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਹਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਵਿੱਚ ਅਣਬਣ ਜਾਦੂ ਟੂਣਾ ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਸੁਲਤਾਨ ਜੀ 87913 81830